ਅੱਜ ਜੋ ਕੁਛ ਹੋਇਆ ਕੋਈ ਵੱਡੀ ਗੱਲ ਨਹੀਂ, ਇਹ ਹੁੰਦੇ ਹੀ ਆਇਆ, ਸਰਕਾਰਾਂ ਕਰਦੀਆਂ ਆਈਆਂ ਨੇ। ਸੋ ਸਾਰਿਆਂ ਨੇ ਡਟ ਕੇ ਬਈ, ਸਾਰਿਆਂ ਨੇ ਡਟ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ, ਭਾਵੇਂ ਕਿ ਆਪਣੇ ਲਾਠੀਆਂ ਲਾਉਣ, ਭਾਵੇਂ ਕਿ ਆਪਾਂ ਨੂੰ ਟੋਰਚਰ ਕਰਨ, ਪਰ ਕਦੇ ਘਬਰਾਇਓ ਨਾ ਬਾਈ, ਇਹ ਜਾਬਰ ਨੇ ਇੱਕ ਨਾ ਇੱਕ ਦਿਨ ਮੁੱਕਣਾ ਬਾਈ। ਡਰਿਓ ਨਾ, ਜੋ ਪਰਸੋਂ ਦਾ ਪ੍ਰੋਗਰਾਮ ਹੈ ਇਹ ਡਰਾਉਣ ਦੇ ਲਈ ਕੀਤਾ ਗਿਆ ਸੀ ਕਿ ਜੋ ਨੌਜਵਾਨੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜੇ। ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਬਾਈ ਭਾਨੇ ਸਿੱਧੂ ਦੀ ਹਮਾਇਤ ਦੇ ਲਈ ਤਿਆਰ ਰਹੋ, ਪਰਸੋਂ ਦਾ ਪ੍ਰੋਗਰਾਮ ਹੈ, ਪਰਸੋਂ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਨੀ ਹੈ। ਨੌਜਵਾਨ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬੀਤੀ ਕੱਲ ਧੂਰੀ ਦੇ ਵਿੱਚ ਰੇਲਾਂ ਰੋਕਣ ਦਾ ਐਲਾਨ ਸਿਮਰਨਜੀਤ ਮਾਨ ਦੇ ਵੱਲੋਂ ਕੀਤਾ ਗਿਆ ਸੀ, ਪਰ ਪੁਲਿਸ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਹੋਰ ਵੀ ਕਈ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਨੌਜਵਾਨ ਰਾਜ ਸਿੰਘ ਖਾਲਸਾ ਨੂੰ ਵੀ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਹੀ ਚੁੱਕ ਲਿਆ ਗਿਆ, ਜਿਸ ਤੋਂ ਬਾਅਦ ਦੇਰ ਰਾਤ ਉਹਨਾਂ ਦੀ ਰਿਹਾਈ ਹੋਈ। ਰਿਹਾ ਹੋਣ ਤੋਂ ਬਾਅਦ ਨੌਜਵਾਨ ਰਾਜ ਸਿੰਘ ਖਾਲਸਾ ਲਾਈਵ ਹੋਏ ਤੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਰਾਜ ਸਿੰਘ ਖਾਲਸਾ ਦੇ ਵੱਲੋਂ ਨੌਜਵਾਨਾਂ ਨੂੰ ਭਾਨਾ ਸਿੱਧੂ ਦੇ ਹੱਕ ਦੇ ਵਿੱਚ 3 ਫਰਵਰੀ ਨੂੰ ਸੰਗਰੂਰ ਪੁੱਜਣ ਦਾ ਸੁਨੇਹਾ ਲਾਇਆ ਗਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜੇ ਭਰਾਵਾਂ ਨੇ ਸਾਥ ਦਿੱਤਾ, ਬਹੁਤ ਬਹੁਤ ਧੰਨਵਾਦ। ਅੱਜ ਜੋ ਪ੍ਰੋਗਰਾਮ ਸੀ ਉੱਥੇ ਜਾ ਰਹੇ ਸੀ ਤੇ ਪ੍ਰਸ਼ਾਸਨ ਨੇ ਨਜ਼ਰਬੰਦ ਕਰ ਲਏ ਸੀ। ਸੋ ਘਬਰਾਉਣ ਦੀ ਲੋੜ ਨਹੀਂ ਭਰਾਵੋ, 3 ਤਰੀਕ ਦਾ ਜੋ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜ਼ਰੂਰ ਪਹੁੰਚਣਾ ਆਪਾਂ ਨੇ ਸਾਰਿਆਂ ਨੇ। ਅੱਜ ਜੋ ਕੁਛ ਹੋਇਆ ਕੋਈ ਵੱਡੀ ਗੱਲ ਨਹੀਂ, ਇਹ ਹੁੰਦੇ ਹੀ ਆਇਆ, ਸਰਕਾਰਾਂ ਕਰਦੀਆਂ ਆਈਆਂ ਨੇ। ਸੋ ਸਾਰਿਆਂ ਨੇ ਡਟ ਕੇ ਬਈ, ਸਾਰਿਆਂ ਨੇ ਡਟ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ, ਭਾਵੇਂ ਕਿ ਆਪਣੇ ਲਾਠੀਆਂ ਲਾਉਣ, ਭਾਵੇਂ ਕਿ ਆਪਾਂ ਨੂੰ ਟੋਰਚਰ ਕਰਨ, ਪਰ ਕਦੇ ਘਬਰਾਇਓ ਨਾ ਬਾਈ, ਇਹ ਜਬਰ ਨੇ ਇੱਕ ਨਾ ਇੱਕ ਦਿਨ ਮੁੱਕਣਾ ਬਾਈ। ਜਬਰ ਜ਼ਰੂਰ ਮੁੱਕਦਾ ਹੁੰਦਾ ਜੋ ਅੱਜ ਦੀ ਸਰਕਾਰ ਕਰ ਰਹੀ ਹੈ, ਕਦੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਕੇ ਗਈਆਂ ਨੇ। ਸੋ ਅੱਜ ਭਾਵੇਂ ਮੌਜੂਦਾ ਸਰਕਾਰ ਜੋ ਸਾਡੇ ਮੁੱਖ ਮੰਤਰੀ ਨੇ ਉਹ ਜਬਰ ਕਰ ਰਹੇ ਨੇ, ਕੋਈ ਗੱਲ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਸਬਰ ਜਿਹੜਾ ਹੈਗਾ ਉਹ ਜਿੱਤਦਾ ਹੁੰਦਾ। ਸੋ ਇਸ ਕਰਕੇ ਅੱਜ ਸਾਨੂੰ ਨਜ਼ਰਬੰਦ ਕਰ ਲਿਆ ਸੀ, ਪਰ ਬਾਲੀਆਂ ਥਾਣੇ ਦੇ ਵਿੱਚ ਅਸੀਂ ਨਜ਼ਰਬੰਦ ਸੀ, ਉੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਮਤਲਬ ਹੈਂਡਲ ਕੀਤਾ, ਕੁਛ ਨਹੀਂ ਕਿਹਾ। ਡਰਿਓ ਨਾ, ਜੋ ਪਰਸੋਂ ਦਾ ਪ੍ਰੋਗਰਾਮ ਹੈ ਇਹ ਡਰਾਉਣ ਦੇ ਲਈ ਕੀਤਾ ਗਿਆ ਸੀ ਕਿ ਜੋ ਨੌਜਵਾਨੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜੇ। ਡਰਿਓ ਨਾ, ਬਿਲਕੁਲ ਘਬਰਾਇਓ ਨਾ, ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਇੱਦਾਂ ਦੀਆਂ ਗੱਲਾਂ ਬਾਈ ਹੁੰਦੀਆਂ ਨੇ, ਕਿਉਂਕਿ ਅਸੀਂ ਉਸ ਕੌਮ ਦੇ ਵਾਰਸ ਹਾਂ ਜੋ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਪੈਦਾ ਹੋਈ ਹੈ, ਜੋ ਅੱਜ ਤੱਕ ਸੰਘਰਸ਼ ਤੌਰ 'ਤੇ ਲੜਦੀ ਰਹੀ ਹੈ। ਇਸ ਕਰਕੇ ਬਾਈ ਸੰਘਰਸ਼ ਦਿੱਲੀ ਵੀ ਕੀਤਾ ਸੀ ਅਤੇ ਜਿੱਤ ਕੇ ਆਏ ਸੀ। ਇਸ ਕਰਕੇ ਸੰਘਰਸ਼ ਲਾਮਬੰਦ ਹੋ ਕੇ ਕਰਨਾ, ਸੰਘਰਸ਼ ਚੰਗੇ ਤਰੀਕੇ ਨਾਲ ਕਰਨਾ, ਸੰਘਰਸ਼ ਐਂ ਲਾ ਲਓ ਵੀ ਸਬਰ ਦੇ ਨਾਲ ਜਾਣਾ, ਭਾਵੇਂ ਕਿ ਬੈਰੀਗੇਟ ਲਾ ਦੇਣ ਪ੍ਰਸ਼ਾਸਨ, ਕਿਉਂਕਿ ਪ੍ਰਸ਼ਾਸਨ ਦੇ ਹੱਥ ਬੰਨੇ ਹੁੰਦੇ ਆ, ਉੱਪਰੋਂ ਹਦਾਇਤਾਂ ਹੁੰਦੀਆਂ ਨੇ। ਇਸ ਕਰਕੇ ਬਾਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਬਾਈ ਭਾਨੇ ਸਿੱਧੂ ਦੀ ਹਮਾਇਤ ਦੇ ਲਈ ਤਿਆਰ ਰਹੋ, ਪਰਸੋਂ ਦਾ ਪ੍ਰੋਗਰਾਮ ਹੈ, ਪਰਸੋਂ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਨੀ ਹੈ। ਸੋ ਉੱਥੇ ਆਪਾਂ ਸਾਰਿਆਂ ਨੇ ਪਹੁੰਚਣਾ। ਸੋ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਨੂੰ ਮੈਂ ਕਹਿੰਦਾ ਕਿ ਮੈਂ ਬਿਲਕੁਲ ਠੀਕ ਹਾਂ, ਤੁਹਾਡਾ ਬਹੁਤ ਧੰਨਵਾਦ। ਜੇ ਇਸੇ ਤਰ੍ਹਾਂ ਹਰ ਇੱਕ ਦੀ ਪਿੱਠ 'ਤੇ ਖੜੋਗੇ ਤਾਂ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੋਲਣ ਵਾਲੇ ਹੈ ਉਹ ਇੱਥੇ ਜਿਉਂਦੇ ਰਹਿਣਗੇ, ਨਹੀਂ ਪਹਿਲਾਂ ਸਾਡੇ ਨਾਲ ਕੀ ਕੁਛ ਹੋਇਆ ਇਹ ਵੀ ਸਭ ਨੂੰ ਪਤਾ ਹੀ ਹੈ। ਇਸ ਕਰਕੇ ਇਹ ਚਾਲਾਂ ਹੁੰਦੀਆਂ ਨੇ,
ਚਾਲਾਂ ਹੁੰਦੀਆਂ ਨੇ ਡਰਾਉਣ ਦੀਆਂ, ਧਮਕਾਉਣ ਦੀਆਂ, ਨੌਜਵਾਨੀ ਨੂੰ ਪਿੱਛੇ ਤੋਰਨ ਦੀਆਂ। ਸੋ ਮੈਂ ਬਾਰ ਬਾਰ ਇਹੀ ਬੇਨਤੀ ਕਰਦਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ, ਬੜੇ ਲਾਮਬੰਦ ਹੋ ਕੇ ਬੜੇ ਤਰੀਕੇ ਦੇ ਨਾਲ ਆਪਾਂ ਨੇ ਜਾਣਾ, ਅੱਗੇ ਨੂੰ ਵਧਣਾ, ਜਿਵੇਂ ਦਿੱਲੀ ਨੂੰ ਵਧੇ ਸੀ। ਇਸ ਕਰਕੇ ਬਾਈ ਭਾਨਾ ਸਿੱਧੂ ਦੀ ਰਿਹਾਈ ਜ਼ਰੂਰੀ ਹੈ। ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋ ਚੁੱਕਿਆ, ਕਿੰਨਾ ਤਸੱਦਦ ਹੋਇਆ। ਜੇ ਅੱਜ ਆਪਾਂ ਘਰਾਂ ਦੇ ਵਿੱਚ ਬਹਿ ਗਏ ਤਾਂ ਫਿਰ ਆਉਣ ਵਾਲੇ ਸਮੇਂ, ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਨਤਾਂ ਪਾਇਆ ਕਰਨਗੀਆਂ, ਲਾਹਨਤਾਂ ਪਾਇਆ ਕਰਨਗੀਆਂ। ਬਾਈ ਲੜ ਲਓ ਅੱਜ ਜੇ ਲੜ ਹੁੰਦਾ, ਬਚਾ ਲਓ ਜੇ ਪੰਜਾਬ ਦੇ ਨੌਜਵਾਨ ਬਚਾ ਹੁੰਦੇ ਆ। ਇਸ ਕਰਕੇ ਇਹੀ ਬੇਨਤੀਆਂ ਦੇ ਲਈ ਮੈਂ ਤੁਹਾਡੇ ਲਾਈਵ ਆਇਆ ਸੀ ਕਿ ਸਾਨੂੰ ਅੱਜ ਨਜ਼ਰਬੰਦ ਕਰ ਲਿਆ ਸੀ, ਪਰ ਹੋਇਆ ਕੁਝ ਨਹੀਂ। ਐਵੇਂ ਡਰਿਓ ਨਾ, ਕਿਉਂਕਿ ਜਦੋਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਪਾਉਣਾ ਹੁੰਦਾ ਤਾਂ ਇੱਦਾਂ ਦੇ ਕੰਮ ਹੁੰਦੇ ਆ। ਅੱਜ ਜਿਹੜਾ ਪ੍ਰੋਗਰਾਮ ਸੀ ਉਹ ਕੈਂਸਲ ਕਰਵਾ ਦਿੱਤਾ ਪ੍ਰਸ਼ਾਸਨ ਨੇ, ਪਰ ਜਿਹੜਾ 3 ਵਾਲਾ ਪ੍ਰੋਗਰਾਮ ਹੈ ਬਾਈ ਉਹਦੇ ਵਿੱਚ ਵੱਧ ਚੜ ਕੇ ਆਇਓ। ਕਿਰਪਾ ਕਰਕੇ ਘਰਾਂ ਦੇ ਵਿੱਚ ਨਾ ਬਹਿ ਜਾਓ ਵੜ ਕੇ, ਕਿਤੇ ਮਨਾਂ ਦੇ ਵਿੱਚ ਖਿਆਲ ਨਾ ਲਿਆਇਓ ਕਿ ਪਤਾ ਨਹੀਂ ਨਜ਼ਰਬੰਦ ਕਰ ਲੈਣਗੇ ਜਾਂ ਸਾਨੂੰ ਫੜ ਲੈਣਗੇ। ਬਾਈ ਕੁਛ ਨਹੀਂ ਹੁੰਦਾ, ਆਪਾਂ ਕਿਹੜਾ ਕੋਈ ਯਾਰ ਕੋਈ ਕਤਲ ਕੀਤਾ, ਆਪਾਂ ਤਾਂ ਇੱਕ ਬੰਦੇ ਨੂੰ ਸੁਣਾ ਰਹੇ ਜਿਹੜਾ ਪੰਜਾਬ ਦੀ ਗੱਲ ਕਰਦਾ, ਜੋ ਪੰਜਾਬ ਨਾਲ ਲੜ ਰਿਹਾ। ਇਸ ਕਰਕੇ ਜੇ ਇਸੇ ਤਰ੍ਹਾਂ ਆਪਾਂ ਉਹਨਾਂ ਬੰਦਿਆਂ ਪਿੱਛੇ ਖੜਦੇ ਰਹੇ ਤਾਂ ਪੰਜਾਬ ਰੰਗਲਾ ਪੰਜਾਬ ਬਣ ਜੂਗਾ। ਬਾਈ ਪੰਜਾਬ ਰੰਗਲਾ ਪੰਜਾਬ ਬਣਾਉਣਾ ਤਾਂ ਸੰਘਰਸ਼ਹੀਲ ਹੋਣਾ ਜ਼ਰੂਰੀ ਹੈ, ਸੰਘਰਸ਼ਸ਼ੀਲ ਹੋਣਾ ਜ਼ਰੂਰੀ ਹੈ। ਸੋ 3 ਤਰੀਕ ਵਾਲੇ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਅੱਜ ਵਾਲਾ ਇਹ ਸਭ ਕੁਛ ਹੋਇਆ, ਜਿੱਥੇ ਜਿੱਥੇ ਜਿਹੜੇ ਭਰਾ ਸੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਇਸ ਕਰਕੇ ਬਾਈ ਪ੍ਰਸ਼ਾਸਨ, ਉਹ ਵੀ ਮੁੰਡੇ ਸਾਡੀ ਨੇ, ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦਾ ਰਹਿਣਾ ਕਿ ਉਹ ਸਾਡੇ ਭਰਾ ਨੇ, ਪਰ ਉਹਨਾਂ ਦੇ ਹੱਥ ਬੰਨੇ ਹੁੰਦੇ ਆ, ਉਹਨਾਂ ਨੂੰ ਜਿਵੇਂ ਹਦਾਇਤਾਂ ਹੁੰਦੀਆਂ ਨੇ ਉਹਨਾਂ ਨੇ ਉਵੇਂ ਹੀ ਕਰਨਾ ਹੁੰਦਾ, ਉਵੇਂ ਹੀ ਕਰਨਾ ਹੁੰਦਾ। ਡਰੋ ਨਾ, ਘਬਰਾਓ ਨਾ, 3 ਵਾਲੇ ਤਰੀਕ ਦੀਆਂ ਤਿਆਰੀਆਂ ਕਰੋ, ਪਿੰਡ ਪਿੰਡ ਜਾ ਕੇ ਹੋਕਾ ਦਿਓ ਤੇ ਵੱਧ ਚੜ ਕੇ ਬਾਈ ਵੱਧ ਚੜ ਕੇ 3 ਵਾਲੇ ਪ੍ਰੋਗਰਾਮ ਦੇ ਵਿੱਚ ਪਹੁੰਚੋ। ਇੰਨੀਆਂ ਕੁ ਬੇਨਤੀਆਂ ਨੇ, ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ, ਹਮੇਸ਼ਾ ਚੜ੍ਹਦੀ ਕਲਾ 'ਚ ਰਹਾਂਗੇ। ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, 3 ਤਰੀਕ ਨੂੰ ਆਜੋ ਬਾਈ, ਮਿਲਦੇ ਹਾਂ ਸੰਗਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਜੀ ਕੇ ਭਾਨਾ ਸਿੱਧੂ ਦੇ ਉੱਤੇ 4 ਮਾਮਲੇ ਦਰਜ ਨੇ ਅਤੇ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ, ਟਰੈਵਲ ਏਜੰਟਾਂ ਦੇ ਵੱਲੋਂ ਬਲੈਕਮੇਲਿੰਗ ਕਰਨ, ਰਿਸ਼ਵਤ ਲੈਣ ਦੇ, ਡਰਾਉਣ ਧਮਕਾਉਣ ਦੇ ਇਲਜ਼ਾਮਾਂ ਦੇ ਤਹਿਤ ਇਹ ਮਾਮਲੇ ਦਰਜ ਕਰਵਾਏ ਗਏ ਨੇ, ਜਿਸ ਨੂੰ ਰੱਦ ਕਰਵਾਉਣ ਦੇ ਲਈ ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦੇ ਵੱਲੋਂ 3 ਤਰੀਕ ਨੂੰ ਮੁੱਖ ਮੰਤਰੀ ਮਾਨ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।